ਤੁਸੀਂ ਦਿਨ ਦੇ ਵਿੱਚ ਮਾਰਨਿੰਗ ਦੇ ਵਿੱਚ ਈਵਨਿੰਗ ਤੱਕ ਤੁਸੀਂ ਚੈੱਕ ਕਰ ਸਕਦੇ ਹੋ ਵੀ ਇੱਥੇ ਇੰਨਾ ਕੁ ਚਿੱਟਾ ਪੀਣ ਜਨਤਾ ਆਉਂਦੀ ਹੈ, ਪੁੱਛਣ ਤੁਸੀਂ ਟ੍ਰੈਫਿਕ ਪੁਲਿਸ ਵਾਲੇ ਨੂੰ। ਮੈਂ ਮੇਰੇ ਨੋਨ ਦੇ ਵਿੱਚ ਨੇ, ਉਹ ਮੈਂ ਉਹਨਾਂ ਦੱਸਿਆ ਸੀ, ਪਰ ਕੋਈ ਉਹ ਕਹਿੰਦੇ ਵੀ ਅਸੀਂ ਕੁਛ ਨਹੀਂ ਕਰ ਸਕਦੇ। ਜਿਹੜੀ ਇਹ ਜਗ੍ਹਾ ਆ ਬਿਲਕੁਲ ਸੁਨਸਾਨ ਏਰੀਆ ਆ, ਉਹਦੇ ਕਰਕੇ ਨਾ ਵੀ ਇੱਥੇ ਜਿਵੇਂ ਸਕੂਲਾਂ ਦੇ ਅਤੇ ਹੋਰ ਕਾਲਜਾਂ ਵਾਲੇ ਆਲੇ ਦੁਆਲੇ ਪਿੰਡਾਂ ਵਾਲੇ ਉਹ ਇੱਥੇ ਸੇਫ ਜਗ੍ਹਾ ਇਹਨੂੰ ਸਮਝਦੇ, ਕਿਉਂਕਿ ਇੱਧਰ ਨੂੰ ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ। ਲਾਗੋ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਆ ਉਹ ਰੇਂਜ ਸਾਨੂੰ ਮਿਲੀ ਆ, ਅਤੇ ਇਹੀ ਲੱਗਦਾ ਕਿ ਮੈਂ ਨਸ਼ੇ ਦੀ ਓਵਰਡੋਜ਼ ਨਾਲ ਵੀ ਬੱਚੇ। ਘੱਟੋ ਘੱਟ 10 ਤੋਂ 20 ਜਾਣੇ ਡੇਲੀ ਇੱਥੇ ਚਿੱਟਾ ਪੈਣ ਹੋ ਗਏ ਨੇ ਡੇਲੀ। ਤੁਸੀਂ ਦਿਨ ਦੇ ਵਿੱਚ ਮਾਰਨਿੰਗ ਦੇ ਵਿੱਚ ਈਵਨਿੰਗ ਤੱਕ ਤੁਸੀਂ ਚੈੱਕ ਕਰ ਸਕਦੇ ਹੋ ਵੀ ਇੱਥੇ ਇੰਨਾ ਕੁ ਚਿੱਟਾ ਪੀਣ ਜਨਤਾ ਆਉਂਦੀ ਹੈ, ਪੁੱਛਣ ਤੁਸੀਂ ਬਹੁਤ ਜ਼ਿਆਦਾ ਇੱਥੇ ਜਨਤਾ ਚਿੱਟਾ ਬਣਾਉਂਦੀ ਹੈ। ਮੈਂ ਟ੍ਰੈਫਿਕ ਪੁਲਿਸ ਵਾਲੇ ਨੂੰ ਮੈਂ ਮੇਰੇ ਨੋਨ ਦੇ ਵਿੱਚ ਨੇ ਉਹ ਮੈਂ ਉਹਨਾਂ ਦੱਸਿਆ ਸੀ, ਪਰ ਕੋਈ ਉਹ ਕਹਿੰਦੇ ਵੀ ਅਸੀਂ ਕੁਛ ਨਹੀਂ ਕਰ ਸਕਦੇ ਵੀ ਇਹੋ ਜਿਹਾ ਇੱਥੇ ਕੁਛ ਚੱਲਦਾ, ਅਸੀਂ ਕੁਛ ਨਹੀਂ ਕਰ ਸਕਦੇ। ਉਹ ਆਇਆ ਸੀ, ਮੈਂ ਤਾਂ ਪੁਲਿਸ ਨੇ ਗੱਡੀਆਂ ਦੇਖ ਕੇ ਮੈਂ ਤੁਹਾਡੇ ਕੋਲ ਇੱਥੇ ਪਹੁੰਚਿਆ ਵੀ ਮੈਂ ਇੱਥੇ, ਹੁਣ ਪਤਾ ਲੱਗ ਵੀ ਇੱਥੇ ਮੁੰਡੇ ਨੇ ਚਿੱਟਾ ਪੀ ਕੇ ਇਹ ਉਹਦੀ ਡੈਥ ਹੋ ਗਈ ਚੁੱਕੀ ਆ, ਕਿਉਂਕਿ ਆਹ ਪਿੱਛੇ ਦਰਖਤ ਲੱਗਦੇ ਆ, ਆਹ ਮੇਰੇ ਨਾਲ ਖੇਤ ਨੇ, ਆਹ ਵੀ ਮੇਰੇ ਖੇਤ ਨੇ, ਇਹਦੇ ਪਿੱਛੇ ਹੁਣ ਪਤਾ ਲੱਗੇ ਵੀ ਮੁੰਡਾ ਇੱਥੇ ਡੇਲੀ ਆਉਂਦੇ ਨੇ ਤੇ ਅੱਜ ਉਹਦੀ ਓਵਰਡੋਜ਼ ਕਰਕੇ ਡੈਥ ਹੋ ਗਈ। ਹੁਣ ਅਸੀਂ ਪ੍ਰਸ਼ਾਸਨ ਨੂੰ ਕੀ ਕਹਿ ਸਕਦੇ ਹਾਂ? ਪ੍ਰਸ਼ਾਸਨ ਨੂੰ ਆਪ ਚਾਹੀਦਾ ਵੀ ਅਸੀਂ ਕਿੰਨੀ ਕੁ ਵਾਰ ਕਹਿ ਸਕੀ ਵੀ ਅਤੇ ਉਹ ਆਪਣਾ ਗੇੜਾ ਰੱਖਣ ਵੀ ਇੱਕ ਤਾਂ ਡਰ ਪਿਆ ਰਹੇ, ਪਰ ਕੋਈ ਪ੍ਰਸ਼ਾਸਨ ਕਿਸੇ ਕੋਈ ਸੁਣਵਾਈ ਹੈ ਨਹੀਂ। ਇਹ ਕੁਛ ਹੋ ਰਿਹਾ ਆ ਤੇ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਇਹੋ ਜਿਹਾ ਕੁਛ ਹੋਣਾ ਨਹੀਂ ਚਾਹੀਦਾ। ਜਿਹੜੀ ਇਹ ਜਗ੍ਹਾ ਆ ਬਿਲਕੁਲ ਸੁਨਸਾਨ ਏਰੀਆ ਆ, ਉਹਦੇ ਕਰਕੇ ਨਾ ਵੀ ਇੱਥੇ ਜਿਵੇਂ ਸਕੂਲਾਂ ਦੇ ਤੇ ਹੋਰ ਕਾਲਜਾਂ ਵਾਲੇ ਆਲੇ ਦੁਆਲੇ ਪਿੰਡਾਂ ਵਾਲੇ ਉਹ ਇੱਥੇ ਸੇਫ ਜਗ੍ਹਾ ਇਹਨੂੰ ਸਮਝਦੇ, ਕਿਉਂਕਿ ਇੱਧਰ ਨੂੰ ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ, ਕਿਉਂਕਿ ਘੱਟ ਆਬਾਦੀ ਵਾਲਾ ਏਰੀਆ ਆ, ਕੁਛ ਕੁ ਘਰ ਆ ਇੱਥੇ, ਉਹਦੇ ਕਰਕੇ ਵੀ ਇੱਥੇ ਕੋਈ ਵੀ ਇੱਧਰ ਨੂੰ ਜਿਹੜਾ ਕਬੀਲਦਾਰ ਬੰਦਾ ਆ ਜਾਂ ਖੇਤਾਂ ਵਾਲਾ ਆ ਉਹ ਆਪਣਾ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਹੀ ਕੰਮ ਨਿਬੇੜ ਜਾਂਦਾ, ਕਿਉਂਕਿ ਇੱਥੇ ਇਹੋ ਜਿਹੇ ਲੋਕ ਆ ਕੇ ਖੜਦੇ ਆ ਵੀ ਕਿਸੇ ਦੇ ਹੱਥ ਕੋਈ ਹਥਿਆਰ ਵੀ ਹੁੰਦਾ ਆ, ਸਾਨੂੰ ਡਰ ਬਹੁਤ ਲੱਗਦਾ ਆ ਕਿਉਂਕਿ ਅਸੀਂ ਬਾਹਰੋਂ ਬਾਹਰ ਰਹਿੰਦੇ ਹਾਂ। ਉਹਦੇ ਕਰਕੇ ਵੀ ਇੱਥੇ ਵੀ ਪੁਲਿਸ ਨੂੰ ਚਾਹੀਦਾ ਵੀ ਇੱਥੇ ਸਵੇਰੇ ਸ਼ਾਮ ਆਪਣਾ ਇੱਕ ਵਾਰੀ ਰੁਟੀਨ ਦੇ ਵਿੱਚ ਗੇੜਾ ਲਾਉਣਾ ਚਾਹੀਦਾ ਆ। ਨਸ਼ਾ ਤਾਂ ਇੱਥੇ ਸਵੇਰੇ 9 ਵਜੇ ਤੋਂ ਲੈ ਕੇ ਜਦੋਂ ਸਕੂਲ ਟਾਈਮ ਸ਼ੁਰੂ ਹੋ ਜਾਂਦਾ ਆ, ਇੱਥੇ 2-4 ਜਣੇ ਆ ਕੇ ਚਲੇ ਗਏ, 4 ਜਣੇ ਆ ਕੇ ਚਲੇ ਗਏ, ਬਸ ਇਹੀ ਕੁਛ ਚੱਲਦਾ ਰਹਿੰਦਾ ਆ। ਇੱਧਰ ਨੂੰ ਤਾਂ ਕੋਈ ਲੇਡੀਜ਼ ਵੀ ਨਹੀਂ ਲੰਘਦੀ ਹੈਗੀ, ਕਿਉਂਕਿ ਬਾਇਆ ਕੱਚਾ ਰੋਡ ਆਲੇ ਦੁਆਲੇ ਭੰਗ ਆ, ਲੋਕ ਡਰਦੇ ਆ। ਇਹ ਤਾਂ ਬਹੁਤ ਮੰਦਭਾਗੀ ਗੱਲ ਆ ਵੀ ਜਿਹੜੀ ਮਾਛੋੜੇ ਦੇ ਵਿੱਚ ਵੀ ਇਹ ਗੱਲਾਂ, ਨਹੀਂ ਤਾਂ ਅੱਗੇ ਤਾਂ ਪੰਜਾਬ ਦੇ ਲਗਭਗ ਵੱਖ ਜ਼ਿਲ੍ਹਿਆਂ ਦੇ ਵਿੱਚ ਸੁਣੀਆਂ ਗੱਲਾਂ, ਪਰ ਇਹ ਮਾਛੋੜੇ ਦੇ ਵਿੱਚ ਵੀ ਹੋਣ ਲੱਗ ਗਏ। ਮਾਛੋੜੇ ਦੀ ਬਹੁਤ ਵਧੀਆ ਤਰਾਜ਼ੀ ਆ ਵੀ ਇਹ ਕੁਛ ਹੋ ਰਿਹਾ। ਮੌਕੇ ਤੇ ਪਹੁੰਚੇ ਆ ਤੇ ਇੱਕ ਨੌਜਵਾਨ ਮੁੰਡਾ 24 ਸਾਲ ਦੀ ਉਮਰ ਲੱਗਦੀ ਆ, ਤੇ ਜਿਹੜਾ ਇਹਦੇ ਬਾਈਕ ਨੰਬਰ ਜਿਹੜਾ ਸੀ ਪਾ ਕੇ ਦੇਖਿਆ ਸੀ ਐਪ ਦੇ ਥਰੂ, ਉਹ ਪਤਾ ਲੱਗਾ ਕਿ ਰੂੜੇਵਾਲ ਪਿੰਡ ਹੈ ਇੱਥੇ, ਉੱਥੋਂ ਦਾ ਇਹ ਮੁੰਡਾ ਆ। ਬਾਕੀ ਇਹਦੇ ਘਰਦਿਆਂ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਆ, ਉਹ ਆ ਰਹੇ ਆ, ਤੇ ਇਹਦੇ ਲਾਗੋ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਆ ਉਹ ਸਰਿੰਜ ਸਾਨੂੰ ਮਿਲੀ ਆ, ਤੇ ਇਹੀ ਲੱਗਦਾ ਕਿ ਇਹਨੇ ਨਸ਼ੇ ਦੀ ਓਵਰਡੋਜ਼ ਨਾਲ ਇਹਦੀ ਡੈਥ ਹੋਈ ਹੈ। ਸਾਨੂੰ ਫੋਨ ਹੀ ਆਇਆ ਸੀ ਕਿ ਇੱਥੇ ਇੱਕ ਲੜਕਾ ਜਿਹੜਾ ਮਤਲਬ ਉਹਦੇ ਮੂੰਹ ਚੋਂ ਝੱਗ ਨਿਕਲ ਗਈ, ਇੱਥੇ ਪਿਆ ਆ। ਜਦੋਂ ਅਸੀਂ ਆ ਕੇ ਦੇਖਿਆ ਤੇ ਇਹਦੀ ਬਾਡੀ ਜਿਹੜੀ ਬਿਲਕੁਲ ਠੰਡੀ ਪਈ ਸੀ, ਡੈਡ ਪਿਆ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।